हाँ जी, जो सामने नज़र आ रहा है ये सारियां शॉप्स ने। सो आओ चलते हैं कि देखते हैं कि समान जड़ा है वो इतने अवेलेबल है, की करतारपुर के जो यात्रु गए ने वो इतों की कुछ खरीद सकते हैं। ये है जी शॉप राणा जी की, जो कि तुहानूं दिखाउन जा रहे हैं। जदों भी जाओ जरूर इस शॉप के उपर जाओ, बहुत ही वधिया समान जड़ा इतों खरीदने के वास्ते मिलता है। आओ हुण चलते हैं शॉप के अंदर जाके, इन्हां दे जो ओनर ने उन्हां दे नाल आपां जिहड़ी है वो गलबात करते हैं किस तरह का समान जड़ा है वो अवेलेबल है। ਪਹੁੰਚੇ ਆ ਰਾਣਾ ਜੀ ਕੋਈ ਸ਼ੌਪ ਇਹਨਾਂ ਦੀ ਇੱਥੇ। ਸੋ ਬਹੁਤ ਹੀ ਬਿਹਤਰੀਨ ਚੀਜ਼ਾਂ ਨੇ, ਬੜੀਆਂ ਵਧੀਆ ਵਧੀਆ ਚੀਜ਼ਾਂ ਨੇ ਇੱਥੇ ਜੋ ਅੱਜ ਅਸੀਂ ਦੇਖੀਆਂ ਨੇ। ਮੇਰੇ ਨਾਲ ਸ਼ੌਪ ਦੇ ਜਿਹੜੇ ਓਨਰ ਨੇ ਉਹ ਨਾਲ ਰਾਣਾ ਸਾਹਿਬ ਜੀ ਖੜੇ ਨੇ। ਸੋ ਇੱਕ ਵਾਰੀ ਤੁਹਾਨੂੰ ਇਹ ਦੱਸਣਗੇ ਕਿ ਇਹ ਸ਼ੌਪ ਜਿਹੜੀ ਹੈ ਇਸ ਦੇ ਉੱਪਰ ਕੀ ਕੁਝ ਜੋ ਹੈ ਮਿਲਦਾ ਹੈ, ਕੀ ਕੁਝ ਇੱਥੇ ਅਵੇਲੇਬਲ ਹੈ। ਸੋ ਤਮਾਮ ਸੰਗਤਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਆਓ ਇਹਨਾਂ ਦੀ ਸ਼ੌਪ ਦੇ ਉੱਪਰ ਜ਼ਰੂਰ ਇੱਕ ਵਾਰ ਆ ਕੇ ਦੇਖਣਾ। ਬਹੁਤ ਹੀ ਵਧੀਆ ਚੀਜ਼ਾਂ ਜਿਹੜੀਆਂ ਨੇ ਇੱਥੇ ਅਤੇ ਬੜੀਆਂ ਹੀ ਵਧੀਆ ਰੇਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਚੀਜ਼ਾਂ ਨੇ ਮੁਹੱਈਆ ਕਰਵਾਈਆਂ ਜਾਣਗੀਆਂ। ਸੋ ਰਾਣਾ ਜੀ ਤੁਸੀਂ ਆਪਣੇ ਬਾਰੇ ਦੱਸੋ ਥੋੜ੍ਹਾ ਜਿਹਾ। ਪਹਿਲਾਂ ਤਾਂ ਤਮਾਮ ਸੰਗਤਾਂ ਨੂੰ ਜਿਹੜੇ ਕਰਤਾਰਪੁਰ ਆ ਰਹੇ ਨੇ ਉਹਨਾਂ ਨੂੰ ਵੈਲਕਮ ਅਸੀਂ ਕਰ ਰਹੇ ਨੇ ਔਰ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਨੂੰ ਵੈਲਕਮ ਕਰਦੇ ਨੇ। ਇਹ ਸਾਡੇ ਵਾਸਤੇ ਬਹੁਤ ਖੁਸ਼ੀ ਦਾ ਮੌਕਾ ਹੈ ਔਰ ਅਸੀਂ ਬੜੀ ਖੁਸ਼ ਹਾਂ ਕਿ ਸਾਡੇ ਸਿੱਖ ਬਰਾਦਰੀ ਸਾਡੀ ਅਲਹਮਦੁਲਿਲਾ ਆਪਣੇ ਮੁਕੱਦਸ ਜਗ੍ਹਾ 'ਤੇ ਉਹਨਾਂ ਨੂੰ ਆਉਣ ਦਾ ਮੌਕਾ ਮਿਲਿਆ ਅਤੇ ਉਹਨਾਂ ਦੇ ਮੁਨਾਸਿਬਤ ਦੇ ਹਿਸਾਬ ਅਸੀਂ ਉਹਨਾਂ ਦੇ ਜਿਹੜੀ ਵੀ ਚੀਜ਼ਾਂ ਨੇ ਐਜ਼ ਏ ਗਿਫਟ, ਕਿਉਂਕਿ ਅਸੀਂ ਜਦੋਂ ਆਪਣੇ ਜਾਂਦੇ ਨੇ ਅਜੁਮਰਾ ਕਰਨ ਵਾਸਤੇ ਅਤੇ ਆਪਣੀ ਫੈਮਿਲੀ ਵਾਸਤੇ ਗਿਫਟ ਲੈ ਕੇ ਜਾਂਦੇ ਨੇ ਤਾਂ ਉਹਨੂੰ ਮੱਦੇਨਜ਼ਰ ਰੱਖ ਕੇ ਤੁਹਾਡੇ ਵਾਸਤੇ ਇੱਕ ਅਰੇਂਜਮੈਂਟ ਅਸੀਂ ਕੀਤਾ ਹੈ ਕਿ ਤੁਸੀਂ ਆਪਣੀ ਮੁਕੱਦਸ ਜਗ੍ਹਾ 'ਤੇ ਆਓ ਅਤੇ ਆਪਣੀ ਫੈਮਿਲੀ ਵਾਸਤੇ ਗਿਫਟ ਲੈ ਕੇ ਜਾਓਗੇ। ਉਹਨਾਂ ਨੂੰ ਦੱਸੋ ਕਿ ਜੀ ਮੈਂ ਬਾਬਾ ਜੀ ਦੇ ਦਰਸ਼ਨ ਕਰਨ ਗਿਆ ਸੀ ਅਤੇ ਉੱਥੇ ਤੁਹਾਡੇ ਵਾਸਤੇ ਗਿਫਟ ਲਿਆ, ਅਤੇ ਇਹਦੇ ਉਹ ਸਾਡੇ ਵਾਸਤੇ ਵੀ ਬੜਾ ਮੁਕੱਦਸ ਹੁੰਦਾ ਅਤੇ ਤੁਹਾਡੇ ਵਾਸਤੇ ਵੀ ਬੜਾ ਮੁਕੱਦਸ ਹੁੰਦਾ। ਅਤੇ ਇਸ ਵਾਸਤੇ ਜੋ ਚੀਜ਼ਾਂ ਨੇ ਮਿਸਾਲ ਦੇ ਤੌਰ ਮਤਲਬ ਜੋ ਵੀ ਬਾਬਾ ਜੀ ਦੀ ਹੁਣ ਆ ਵੇਖੋ, ਇੱਕ ਬੇਸਿਕਲੀ ਆ ਵੇਖੋ ਤੁਸੀਂ, ਇਹ ਪੂਰਾ ਇੱਕ ਕੋਈਨ ਮਤਲਬ ਸਿੱਕਾ ਹੈ ਪ੍ਰੋਪਰ, ਠੀਕ ਹੈ ਜੀ। ਇਹ ਅਸੀਂ ਮਤਲਬ ਤੁਹਾਡੇ ਵਾਸਤੇ ਸਪੈਸ਼ਲੀ ਬਣਵਾਇਆ, ਠੀਕ ਹੈ। ਪੈਨ ਆ ਵੇਖੋ ਜੀ, ਇਹ ਪੈਨ ਨੇ, ਬੇਸਿਕਲੀ ਤੁਸੀਂ ਗਿਫਟ ਕਰ ਸਕਦੇ ਹੋ ਸਾਰਿਆਂ ਨੂੰ, ਠੀਕ ਹੈ ਜੀ। ਇਹ ਕੱਪਸ ਨੇ, ਬੇਸਿਕਲੀ ਇਹ ਕੱਪ ਡਿਫਰੈਂਟ ਟਾਈਪ ਦੇ ਨੇ ਬੇਸਿਕਲੀ, ਔਰ ਇੱਕ ਬਲੈਕ ਕਲਰ ਦਾ ਕੱਪ ਹੈ ਬੇਸਿਕਲੀ, ਉਹਦੇ 'ਚ ਚਾਏ ਕੌਫੀ ਜੋ ਵੀ ਪੀਓਗੇ ਇੱਕਦਮ ਸੇਮ ਤੁਹਾਨੂੰ ਇਸ ਬਾਅਦ ਐਕਸਪੋਜ਼ ਹੋ ਜਾਏਗਾ। ਅਤੇ ਨਾਲ ਹੀ ਲੱਗਦੇ ਹੱਥ, ਬਾਕੀ ਲੈਦਰ ਦਾ ਵੀ ਸਿਸਟਮ ਸਾਰਾ ਹੈ ਜਿਹਦੇ 'ਚ ਜਨਾਬੇ ਲਈ ਜੈਕਟਸ ਨੇ, ਤੁਸੀਂ ਬੈਗਸ ਯੂਜ ਕਰਦੇ ਹੋ, ਠੀਕ ਹੈ। ਔਰ ਜੈਂਟਸ ਬੇਸਿਕਲੀ ਤੁਹਾਡੇ ਜਿੰਨੇ ਵੀ ਪਰਸ ਨੇ, ਗਲਵਸ ਨੇ ਬੇਸਿਕਲੀ, ਇਹ ਗਲਵਸ ਨੇ ਬਹੁਤ ਜ਼ਿਆਦਾ ਕਿਉਂਕਿ ਅੱਗੇ ਸਰਦੀਆਂ ਆ ਰਹੀਆਂ ਨੇ ਸਾਰਿਆਂ ਨੂੰ ਚਾਹੀਦੀਆਂ ਨੇ। ਹੁਣ ਇੱਕ ਹੋਰ ਬਿਹਤਰੀਨ ਚੀਜ਼ ਤੁਹਾਡੇ ਵਾਸਤੇ, ਕਿਉਂਕਿ ਬੇਸਿਕਲੀ ਹੁਣ ਬਜ਼ੁਰਗ ਘਰਾਂ 'ਚ ਹੁੰਦੇ ਨੇ ਉਹਨਾਂ ਵਾਸਤੇ ਸੌਕਸ, ਜਾਂ ਤੁਸੀਂ ਆਪਣੇ ਦਰਬਾਰ 'ਚ ਵੀ ਆਉਂਦੇ ਹੋ ਅਤੇ ਉੱਥੇ ਵੀ ਠੰਡ ਜ਼ਿਆਦਾ ਹੁੰਦੀ ਅਤੇ ਬੰਦੇ ਤੁਸੀਂ ਸੌਕਸ ਵਗੈਰਾ ਪਾ ਸਕਦੇ ਹੋ। ਬਿਹਤਰੀਨ ਇੱਕ ਤੁਹਾਡੇ ਵਾਸਤੇ ਗਿਫਟ ਤਿਆਰ ਕੀਤਾ ਸੀ, ਜ਼ਰੂਰ ਤੁਸੀਂ ਤਸ਼ਰੀਫ ਲਿਆਓ।